ਅੱਜ ਚੱਲਦੇ ਹਾਂ ਡੁਬਈ ਫਰੇਮ 'ਚ, ਜੋ ਕਿ ਡੁਬਈ ਦੇ ਬਿਲਕੁਲ ਸੈਂਟਰ ਦੇ ਵਿੱਚ ਬਣਿਆ ਹੋਇਆ, ਜਿੱਥੋਂ ਤੁਸੀਂ ਨਵੀਂ ਡੁਬਈ ਅਤੇ ਪੁਰਾਣੀ ਡੁਬਈ ਦੇਖ ਸਕਦੇ ਜੇ ਦੋਨੋਂ ਸਾਈਡ 'ਤੇ, ਅਤੇ ਡਿਫਰੈਂਸ ਆ ਵੀ ਦੇਖ ਸਕਦੇ ਜੇ। ਅਤੇ ਹੁਣ ਟਿਕਟਾਂ ਲੈ ਲਈਆਂ ਅਤੇ ਚੱਲਦੇ ਹਾਂ ਅੰਦਰ। ਅੰਦਰ ਬਹੁਤ ਹੀ ਵੱਡੀ ਲਾਈਨ ਲੱਗੀ ਹੋਈ ਆ ਅਤੇ ਕਾਫੀ ਰਸ਼ ਪੈਣ ਦੀ ਸੰਭਾਵਨਾ, ਕਿਉਂਕਿ ਅਜੇ ਤਾਂ ਥੋੜ੍ਹਾ ਮੋਰਨਿੰਗ ਦਾ ਟਾਈਮ ਆ, ਤਾਂ ਕਿ ਇੰਨਾ ਰਸ਼ ਨਹੀਂ ਆ। ਸ਼ਾਮ ਨੂੰ ਬਹੁਤ ਰਸ਼ ਹੋ ਜਾਂਦਾ ਜਾਂ ਦੁਪਹਿਰ ਦੇ ਟਾਈਮ ਬਹੁਤ ਰਸ਼ ਹੋ ਜਾਂਦਾ। ਅਤੇ ਡੁਬਈ ਫਰੇਮ ਸਭ ਤੋਂ ਹਾਈਐਸਟ ਲੰਬਾ ਅਤੇ ਵੱਡਾ ਫਰੇਮ ਆ ਦੁਨੀਆ ਦਾ। ਅਤੇ ਜਦੋਂ ਅਸੀਂ ਅੰਦਰ ਆਏ ਹਾਂ ਅਤੇ ਆਹ ਅੰਦਰ ਇਹਨਾਂ ਨੇ ਬਣਾਇਆ ਹੋਇਆ ਬਹੁਤ ਵਧੀਆ, ਆਹ ਪੇਂਟਿੰਗਸ ਲੱਗੀਆਂ ਹੋਈਆਂ ਵਾ ਰਿਸੈਪਸ਼ਨ 'ਤੇ, ਸਟਾਫ ਬਹੁਤ ਕੋਆਪਰੇਟਿਵ ਆ, ਅੰਦਰ ਆਉਂਦੇ ਹੀ ਪਿੱਕ ਲੈਂਦੇ ਤੁਹਾਡੀ ਬਾਤ ਜਿਹੜੀ ਉਹ ਮੋਡੀਫਾਈ ਕਰਕੇ ਤੁਹਾਨੂੰ ਦੇਣਗੇ। ਅਤੇ ਸਟਾਫ ਬਹੁਤ ਹੀ ਕੋਆਪਰੇਟਿਵ ਆ, ਤੁਹਾਨੂੰ ਪੂਰਾ ਗਾਈਡ ਕਰਨਗੇ। ਇੱਥੇ ਤੁਸੀਂ ਪਿੱਛੇ ਦੇਖ ਸਕਦੇ ਤੇ ਫਾਦਰ ਆਫ ਡੁਬਈ, ਜਦੋਂ ਤੁਸੀਂ ਅੰਦਰ ਐਂਟਰ ਕੀਤੇ ਤਾਂ ਅੰਦਰ ਤੁਹਾਨੂੰ ਵਧੀਆ ਵਧੀਆ ਪੇਂਟਿੰਗਸ ਚੱਲਦੀਆਂ ਸਕਰੀਨ 'ਤੇ ਨਜ਼ਰ ਆਉਣਗੀਆਂ, ਜੋ ਕਿ ਬਹੁਤ ਵਧੀਆ। ਫੋਟੋਗ੍ਰਾਫੀ ਤੁਸੀਂ ਜਿੰਨੀ ਮਰਜ਼ੀ ਕਰੋ, ਵੀਡੀਓਜ਼ ਬਣਾਓ, ਉਹ ਕੋਈ ਇੱਥੇ ਮਨਾਹੀ ਨਹੀਂ ਆ। ਇੱਥੇ ਅੰਦਰ ਐਂਟਰ ਕਰਦੇ ਤੁਹਾਨੂੰ ਪਤਾ ਲੱਗੇਗਾ ਵੀ ਪਹਿਲਾਂ ਡੁਬਈ ਕਿੱਦਾਂ ਦਾ ਸੀ, ਉਹਨਾਂ ਕਿੰਨਾ ਸਟਰਗਲ ਕੀਤਾ, ਉਹਨਾਂ ਦੀਆਂ ਪੁਰਾਣੀਆਂ ਚੀਜ਼ਾਂ ਦੇਖ ਸਕਦੇ ਜੇ ਤੁਸੀਂ। ਉਹਨਾਂ ਦੇ ਹਰ ਇੱਕ ਚੀਜ਼ ਜਿਹੜੀ ਕਿ ਪੁਰਾਣੇ ਸਮੇਂ 'ਚੋਂ ਵਰਤਦੇ ਸੀ, ਪੁਰਾਣੇ ਘਰ, ਪੁਰਾਣੀਆਂ ਕੰਧਾਂ, ਏ ਟੂ ਜੈਡ ਸਭ ਕੁਝ ਦੇਖ ਸਕਦੇ ਜੇ। ਅਤੇ ਜਦੋਂ ਦੂਜੀ ਸਾਈਡ ਤੋਂ ਤੁਸੀਂ ਲਿਫਟ ਤੋਂ ਥੱਲੇ ਜਾਓਗੇ, ਫਿਰ ਤੁਹਾਨੂੰ ਉਹ ਦੱਸਣਗੇ ਕਿ ਇਨ ਫਿਊਚਰ ਡੁਬਈ ਕਿੱਦਾਂ ਦਾ ਹੋਵੇਗਾ ਅਤੇ ਕਿੱਦਾਂ ਦਾ ਹੋ ਚੁੱਕਾ ਵਾ। ਇੱਥੇ ਨਾਲ ਨਾਲ ਜਾਂਦਿਆਂ ਅਸੀਂ ਦੇਖ ਸਕਦੇ ਹਾਂ ਵੀ ਬਹੁਤ ਹੀ ਵਧੀਆ ਉਹਨਾਂ ਨੇ ਆਪਣਾ ਪੁਰਾਣਾ ਕਲਚਰ ਸਾਂਭਿਆ ਹੋਇਆ ਵਾ। ਅਤੇ ਉਹਦੇ ਵਿੱਚ ਦੇਖਦੇ ਸਾਨੂੰ ਇਹ ਲੱਗਦਾ ਵਾ ਵੀ ਡੁਬਈ ਕਿੰਨੀ ਤਰੱਕੀ ਕਰ ਗਿਆ ਪਿਛਲੇ 50 ਸਾਲ ਦੇ ਵਿੱਚ। ਅਤੇ ਦੂਜੀ ਸਾਈਡ 'ਤੇ ਜੇ ਅਸੀਂ ਕੰਪੈਰੀਜ਼ਨ ਕਰੀਏ ਇੰਡੀਆ ਦੇ ਨਾਲ, ਉੱਥੇ 50 ਸਾਲ 'ਚ ਮੈਨੂੰ ਲੱਗਦਾ ਵੀ ਅਸੀਂ ਲੋਸ ਵਿੱਚ ਹਾਂ, ਬਟ ਇੱਥੇ ਦੇ ਨਾਲ ਬਹੁਤ ਹੀ ਆਪਣਾ ਕਲਚਰ ਸਾਂਭਿਆ ਹੋਇਆ। ਨਾਲ ਇਹ ਵੀ ਦੱਸਦੇ ਪਏ ਆ ਕਿੰਨਾ ਸਟਰਗਲ ਰਿਹਾ ਉਹਨਾਂ ਦਾ, ਕਿੱਥੇ ਕਿੱਥੇ ਕੰਮ ਕਰਦੇ ਰਹੇ ਆ, ਪ੍ਰੋਪਰ ਉਹਨਾਂ ਸਕਰੀਨਸ ਬਣਾਈਆਂ ਹੋਈਆਂ, ਪ੍ਰੋਪਰ ਸਾਰਾ ਕੁਛ ਦਿਖਾਉਂਦੇ ਇਹਦੇ ਅੰਦਰ। ਅੰਦਰ ਜਾ ਕੇ ਤੁਸੀਂ ਕੁਛ ਸਕਰੀਨਸ ਇੱਦਾਂ ਦੀਆਂ ਲੱਗੀਆਂ ਹੋਈਆਂ ਜਿਨ੍ਹਾਂ 'ਚ ਤੁਸੀਂ ਦੇਖ ਸਕਦੇ ਆ ਡੁਬਈ ਦਾ ਪਲੈਨ ਕੀ 1960 ਦੇ ਵਿੱਚ ਕਿੱਦਾਂ ਦਾ ਸੀ, ਉਹਨੂੰ ਵੀ ਉਹ ਕਿੱਦਾਂ ਦਾ ਸੋਚਦੇ ਵੀ ਇੱਦਾਂ ਹੀ ਕਰਨਾ। ਉਹ ਤੋਂ ਅੱਗੇ ਜਾਓਗੇ ਤਾਂ ਤੁਸੀਂ ਉੱਥੇ ਜਾ ਕੇ ਤੁਸੀਂ ਇਹ ਦੇਖ ਸਕਦੇ ਜੇ 1960 ਵਿੱਚ ਉੱਥੇ ਏਅਰਪੋਰਟ ਬਣਿਆ, ਫਿਰ ਬੁਰਜ ਡਰਾਈ ਡੌਕਸ ਬਣਿਆ, ਫਿਰ 78 ਵਿੱਚ ਡੁਬਈ ਵਰਲਡ ਟ੍ਰੇਡ ਸੈਂਟਰ ਓਪਨ ਹੋਇਆ। ਉਸ ਤੋਂ ਬਾਅਦ ਹਰ ਇੱਕ ਚੀਜ਼ ਉਹਨਾਂ ਮੈਂਸ਼ਨ ਕੀਤੀ ਹੋਈ ਹੈ ਕਿਹੜੀ ਚੀਜ਼ ਕਦੋਂ ਬਣੀ ਉੱਥੇ, ਉਹ ਤੁਸੀਂ ਹੱਥ ਦੇ ਨਾਲ ਸਵਾਈਪ ਕਰਕੇ ਅਤੇ ਬੜੇ ਪ੍ਰੋਪਰ ਤਰੀਕੇ ਨਾਲ ਤੁਸੀਂ ਉੱਥੇ ਦੇਖ ਸਕਦੇ ਜੇ ਵੀ ਕਿਹੜੀ ਚੀਜ਼ ਕਦੋਂ ਓਪਨ ਹੋਈ ਅਤੇ ਕਿੰਨਾ ਉਹਨਾਂ ਨੇ ਸਟਰਗਲ ਕੀਤਾ। ਦੇਖ ਸਕਦੇ ਜੇ ਤੁਸੀਂ ਅੱਜ ਦੇ ਰੋਡ ਪਹਿਲਾਂ ਕਿੱਦਾਂ ਦੇ ਰੋਡ ਸੀ, ਉਹਨਾਂ ਕਿੱਦਾਂ ਸੋਚਿਆ ਵੀ ਆਹ ਰੋਡ ਇੰਨੀ ਤਰੀਕ ਤੱਕ ਅਸੀਂ ਇੱਦਾਂ ਦੇ ਕਰ ਦਾਂਗੇ ਜਾਂ ਇੱਦਾਂ ਦੇ ਕਰ ਦਾਂਗੇ। ਕਲੋਕ ਟਾਵਰ ਕਦੋਂ ਓਪਨ ਹੋਇਆ ਡੈਰਾ ਦਾ, ਉਹ ਵੀ ਸਭ ਦੱਸਿਆ ਗਿਆ ਉਹਦੇ ਵਿੱਚ ਏ ਟੂ ਜੈਡ। ਜਦੋਂ ਫਿਰ ਤੁਹਾਨੂੰ ਉੱਪਰ ਲੈ ਕੇ ਜਾਂਦੇ ਆ ਲਿਫਟ ਦੇ ਥਰੂ, ਯਾਨੀ ਕਿ ਰਾਈਟ ਸਾਈਡ ਤੋਂ, ਤਾਂ ਤੁਸੀਂ ਪੁਰਾਣੀ ਡੁਬਈ ਦੇਖ ਸਕਦੇ ਪਿੱਛੇ, ਜਿਹਨੂੰ ਕਿ ਵਰਲਡ ਡੁਬਈ ਵੀ ਕਹਿੰਦੇ ਆ। ਅਤੇ ਆਲਮੋਸਟ 43 ਫਲੋਰਸ ਉੱਪਰ ਜਾ ਕੇ ਤਾਂ ਤੁਸੀਂ ਇੱਕ ਵੱਖਰਾ ਐਕਸਪੀਰੀਅੰਸ ਕਰੋਗੇ, ਕਿਉਂਕਿ ਜਦੋਂ ਤੁਸੀਂ 43 ਫਲੋਰਸ 'ਤੇ ਉੱਪਰ ਜਾਓਗੇ ਤਾਂ ਉੱਪਰ ਜਾ ਕੇ ਤੁਸੀਂ ਦੇਖੋਗੇ ਵੀ ਗਲਾਸ ਲੱਗਾ ਹੋਇਆ ਵਾ, ਉਹਦੇ ਉੱਤੋਂ ਦੀ ਤੁਸੀਂ ਥੱਲੇ ਨੀਚੇ ਦੇਖ ਸਕਦੇ ਜੇ, ਥੱਲੇ ਪ੍ਰੋਪਰ ਐਂ ਪਬਲਿਕ ਨਜ਼ਰ ਆਉਂਦੀ ਆ। ਉੱਥੇ ਜਾ ਕੇ ਤੁਸੀਂ ਪਿੱਕ ਕਲਿੱਕ ਕਰ ਸਕਦੇ ਜੇ, ਕਿਉਂਕਿ ਉੱਥੇ ਵੀ ਉਹਨਾਂ ਕੈਮਰੇ ਲਗਾਏ ਹੋਏ ਜਿਹੜੀਆਂ ਪਿਕਸ ਤੁਹਾਨੂੰ ਦੁਬਾਰਾ ਮੋਡੀਫਾਈ ਕਰਕੇ ਜਾਂ ਪ੍ਰੋਪਰ ਤਰੀਕੇ ਨਾਲ ਮੈਨੇਜ ਕਰਕੇ ਉਹ ਸੈਲ ਕਰਦੇ ਆ ਫਰੇਮਸ ਦੇ ਨਾਲ, ਜਿਸ ਦੀ ਕਿ ਕੀਮਤ ਆਲਮੋਸਟ 100 ਦਰਾਮ ਤੋਂ ਸਟਾਰਟ ਹੋ ਕੇ 250 ਦਰਾਮ ਤੱਕ ਆ। ਉੱਥੇ ਉੱਪਰ ਜਾ ਕੇ ਤੁਸੀਂ ਦੇਖੋਗੇ ਇੱਕ ਸਾਈਡ 'ਤੇ ਨਵੀਂ ਡੁਬਈ, ਜਿਸ ਦੇ ਵਿੱਚ ਬੁਰਜ ਖਲੀਫਾ ਜਾਂ ਨਵੀਆਂ ਬਿਲਡਿੰਗਸ ਨਜ਼ਰ ਆ ਰਹੀਆਂ, ਅਤੇ ਦੂਸਰੀ ਸਾਈਡ 'ਤੇ ਜਿਹੜਾ ਪੁਰਾਣਾ ਡੁਬਈ। ਅਤੇ ਬਾਕੀ ਜਦੋਂ ਦੂਸਰੀ ਸਾਈਡ ਤੋਂ ਤੁਸੀਂ ਨੀਚੇ ਆਓਗੇ, ਫਿਰ ਲੈਫਟ ਹੈਂਡ ਸਾਈਡ ਤੋਂ ਨੀਚੇ ਆਓਗੇ, ਤਾਂ ਨੀਚੇ ਆ ਕੇ ਤੁਸੀਂ ਦੇਖੋਗੇ ਇਨ ਫਿਊਚਰ ਦੇ ਵਿੱਚ ਡੁਬਈ ਕਿੱਥੇ ਤੱਕ ਪਹੁੰਚ ਜਾਏਗਾ, ਕਿੰਨਾ ਉਹਨਾਂ ਨੇ ਆਪਣੇ ਬਾਰੇ ਸੋਚਿਆ ਹੋਇਆ ਵਾ ਵੀ ਅਸੀਂ ਇੱਥੋਂ ਲੈ ਕੇ ਅਤੇ ਆਹ ਚੀਜ਼ਾਂ 'ਤੇ ਵਰਕ ਕਰਨਾ, ਅਤੇ ਇਹਨਾਂ 'ਤੇ ਅਸੀਂ ਵਰਕ ਕਰਦੇ ਪਏ ਹਾਂ, ਕਿੱਦਾਂ ਰੋਬੋਟਿਕ ਹੋ ਜਾਏਗਾ ਸਭ ਕੁਛ, ਕਿੱਦਾਂ ਫਲਾਇੰਗ ਕਾਰਸ, ਫਲਾਇੰਗ ਰੋਬੋਟਸ ਫੋਰ ਡਿਲੀਵਰੀ ਐਂਡ ਕੋਰੀਅਰ ਸਰਵਿਸ, ਇਹ ਸਾਰਾ ਕੁਛ ਤੁਸੀਂ ਦੇਖ ਸਕਦੇ ਜੀ ਉੱਥੇ। ਇਹ ਇੱਕ ਪ੍ਰੋਪਰ ਤਰੀਕੇ ਨਾਲ ਤੁਹਾਨੂੰ ਮੈਂਸ਼ਨ ਕੀਤਾ ਜਾਏਗਾ, ਕਿਉਂਕਿ ਚਾਰੋਂ ਤਰਫ ਤੁਹਾਡੇ ਸਕਰੀਨ ਹੋਏਗੀ, ਨਾਲੇ ਦਿਖਾਉਣਗੇ ਤੁਹਾਨੂੰ ਪ੍ਰੋਪਰ ਤਰੀਕੇ ਨਾਲ ਵੀ ਹੈਲਥ ਸਿਸਟਮ ਵਿੱਚ ਕਿੱਦਾਂ ਸੁਧਾਰ ਹੋਏਗਾ, ਅਤੇ ਉਹਨਾਂ ਦੇ ਈ ਲਰਨਿੰਗ ਸਿਸਟਮ, ਫਲਾਇੰਗ ਕਾਰਸ ਅਤੇ
दुबई के जो रोड आ जो अज रोड आ आने वाले फ्यूचर रोड किदा का होएगा ये चलो पता नहीं हो इन फ्यूचर की होना बट उन्होंने अपना एक प्लैन सैट किया एक गोल सैट किया अं आ एक चीज़ इतों तक लैके इदा ही बना देनी है इन्ने टाइम तक देखो बाकी बट ये देखना थानू ये लगेगा भी किन्नी वधिया सोच रखी हुई उन्होंने तो कितों तक वो वर्क करते पे आ एक बहुत ही वधिया चीज़ आ तो जो भी कदे तुम दुबई आओ तो इस चीज़ में अपने टूर के शामिल करो देखने वाली चीज़ आ इत्थे आ के तुम ये भी देखोगे कि बिल्डिंग्स कितनियां ज़्यादा हो जाएगी इन फ्यूचर दे विच ते किवें ट्रांसपोर्टेशन सिस्टम जिहड़ा वो चेंज हो जाएगा ते अपने जो बॉडी पार्ट्स आ वो किवें चेंज किए जाएंगे ते हेल्थ सिस्टम हेल्थ केयर ट्रांसपोर्टेशन एवरीथिंग सारी चीज़ां ते वर्क करते पए आ इत्थों तक सैल्फ ड्राइविंग कार्स सैल्फ ड्राइविंग बाइक्स स्मार्ट ट्रांसपोर्टेशन सोल्यूशन सारा कुछ दस्या जाएगा ਘਰੇ ਤੁਸੀਂ ਜਦੋਂ ਰੋਬੋਟਿਕ ਦੇ ਨਾਲ ਸਭ ਕੁਛ ਕੁਕਿੰਗ ਤੋਂ ਲੈ ਕੇ ਏ ਟੂ ਜ਼ੈਡ ਤੁਹਾਡਾ ਸਭ ਕੁਛ ਉਹ ਮੈਂਸ਼ਨ ਕੀਤਾ ਗਿਆ ਇੱਥੇ ਵੀ ਕਿੱਦਾਂ ਤੁਸੀਂ ਸਭ ਕੁਛ ਚੇਂਜ ਹੋ ਜੂਗਾ ਇਨ ਫਿਊਚਰ ਦੇ ਵਿੱਚ ਅਤੇ ਇਹ ਵੀ ਬਹੁਤ ਵਧੀਆ ਚੀਜ਼ ਆ ਦੇਖਣ ਵਾਸਤੇ ਬਾਕੀ ਇਸ ਦੀ ਹਾਈਟ ਦੇ ਕਰਕੇ ਇਹ ਮਸ਼ਹੂਰ ਹੈ ਹੀ ਹੈ ਵਰਲਡ ਵਾਈਡ ਕਿਉਂਕਿ ਦੁਨੀਆ ਦਾ ਸਭ ਤੋਂ ਮੇਨ ਅਤੇ ਵੱਡਾ ਫਰੇਮ ਹੈ ਅਤੇ ਇਸ ਦੇ ਆਊਟਸਾਈਡ ਦੀ ਜੇ ਗੱਲ ਕਰੋਗੇ ਤੁਸੀਂ ਤਾਂ ਆਊਟਸਾਈਡ ਵੀ ਬਹੁਤ ਹੀ ਵਧੀਆ प्रोपर ऐ वधिया बैठन लई बनाया होया चेयरस लगियां होईयां उत्थे तुसीं बैठ के इंजॉय कर सकदे जे बट तुसीं वड्डे बैग जिहड़े उह अंदर लैके नहीं जा सकदे सिर्फ छोटे बैग ही लैके अंदर जा सकदे ते उहनां दे नाल तुसीं कुछ अपना थोड़ा बहुत खाण पीण दा जां वाटर बोटल उह लैके अंदर जा सकदे जे इत्थे तुहानूं अंडर वाटर अक्वेरियम्स जिहड़े आ उह वी दिखाए जाणगे इन फ्यूचर विच वह किदां दे होणगे 3D प्रिंटड बिल्डिंग्स दस्या जाऊगा उहदे बारे भी कि आने वाले समय दे विच घर किदां दे हो जाणगे किन्ना चेंज हो जूगा हरेक चीज़ दे विच किन्ना बदलाव आऊगा किवें तुहाडे बॉडी पार्ट्स ते वर्क किया जाएगा बच्चों की केयर किवें की जाएगी इन फ्यूचर बहुत ही ज़्यादा एडवांसमेंट दसी गई आ जिहड़ा कि इत्थे तुसीं LED स्क्रीन दे उत्ते देख सकदे जे नाल ही इत्थे दुबई दा दस्या गया वा भी उस स्पेस दे विच की कुछ करनगे उस दे बारे चलो अजे प्रोपर ये पता नहीं लगता बाकी कुछ सैटेलाइट्स हैं थोड़ा बहुत तुहानू उहदे बारे भी नॉलेज देणगे उह भी असीं स्पेस दे विच वी वर्क करते पए आ क्योंकि स्क्रीन दे उत्ते तुसीं देख सकदे जे भी उह थोड़ा सैटेलाइट्स एंड लाइक स्पेस स्टेशन इदां दे नज़र आ रहे आ स्पेस शटल भी देख सकदे तुसीं ਵੀ ਦੁਬਈ ਆਉਣ ਦੇ ਆਉਣ ਵਾਲੇ ਸਮੇਂ ਵਿੱਚ ਕਿੰਨਾ ਚੇਂਜ ਹੋ ਜਾਏਗਾ ਇਸ ਤੋਂ ਇਲਾਵਾ ਜੇ ਗੱਲ ਕਰੀਏ ਤਾਂ ਜਦੋਂ ਤੁਸੀਂ ਬਾਹਰ ਆਓਗੇ ਐਗਜ਼ਿਟ ਕਰੋਗੇ ਤਾਂ ਚੱਲਦੇ ਆਉਂਦੇ ਆ ਤੁਸੀਂ ਦੇਖ ਸਕੋਗੇ ਸਾਈਡ 'ਤੇ ਸਕਰੀਨਸ ਲੱਗੀਆਂ ਹੋਈਆਂ ਜਿੱਥੇ ਤੁਸੀਂ ਵਾਕ ਕਰਦੇ ਆ ਵੀਡੀਓ ਸ਼ੂਟ ਕਰ ਸਕਦੇ ਜੇ ਉਸ ਦੇ ਵਿੱਚ ਦੱਸਿਆ ਗਿਆ ਹੈ ਕਿ ਕਿਵੇਂ ਬੱਚਿਆਂ ਨੂੰ ਆਪਣੀ ਹੈਲਪ ਦੇ ਵਾਸਤੇ ਸਭ ਕੁਛ ਰੋਬੋਟਿਕ ਸਿਸਟਮ ਹੋ ਜਾਏਗਾ ਅਤੇ ਉਹ ਕਿਵੇਂ ਆਪਣੀ ਟੇਕ ਕੇਅਰ ਕਰ ਸਕਣਗੇ ਵੀ ਯੂ ਕੈਨ ਜਸਟ ਸਟੈਂਡ ਔਨ ਵਨ ਪਲੇਸ ਐਂਡ ਉੱਥੇ ਕਹੋ ਵੀ ਮੈਨੂੰ ਫਿਕਸ ਕਰ ਦਿਉ ਜਾਂ ਮੇਰਾ ਸਟ੍ਰੈਸ ਲੈਵਲ ਜਾਂ ਕੁਛ ਵੀ ਲਗਾ ਲਓ ਤਾਂ ਉਹਦੇ ਵਿੱਚ ਉਹ ਵਰਕ ਕੀਤਾ ਜਾਏਗਾ ਮਕੈਨਿਕ ਲਾਈਫ ਉਹਦੇ ਬਾਰੇ ਵੀ ਦੱਸਿਆ ਗਿਆ ਬਾਕੀ ਜਦੋਂ ਬਾਹਰ ਆਓਗੇ ਤੁਸੀਂ ਤਾਂ ਉੱਥੇ ਤੁਸੀਂ ਦੇਖ ਸਕਦੇ ਜੇ ਵੀ ਅਗਰ ਤੁਸੀਂ ਇੱਥੇ ਵਿਜ਼ਿਟ ਕਰਨਾ ਚਾਹੁੰਦੇ ਜਾਂ ਤਾਂ ਸਵੇਰ ਦੇ ਟਾਈਮ ਕਰੋ ਕਿਉਂਕਿ ਕਾਫੀ ਰਸ਼ ਪੈ ਜਾਂਦਾ ਇੱਥੇ ਤੁਸੀਂ ਦੇਖ ਸਕਦੇ ਜਿੱਦਾਂ ਬੱਚੇ ਕਾਫੀ ਸਕੂਲ ਦੇ ਆਏ ਹੋਏ ਆ ਐਜ਼ ਏ ਪਿਕਨਿਕ ਤਾਂ ਉਹ ਵੀ ਦੇਖ ਸਕਦੇ ਤੁਸੀਂ ਬਾਕੀ ਬਹੁਤ ਹੀ ਬਿਊਟੀਫੁੱਲ ਆ ਪਲੇਸ ਅਤੇ ਵੱਖਰਾ ਐਕਸਪੀਰੀਅੰਸ ਹੋਏਗਾ ਆਊਟਸਾਈਡ ਵੀ ਐਂ ਪ੍ਰੋਪਰ ਸਭ ਮੈਨੇਜ ਕੀਤੀ ਗਈ ਆ ਜਦੋਂ ਅਸੀਂ ਬਾਹਰ ਆਏ ਤਾਂ ਤੁਸੀਂ ਕਿਊ ਦੇਖ ਸਕਦੇ ਕਿੰਨੀ ਲੰਬੀ ਲੱਗੀ ਹੋਈ ਆ ਅਤੇ ਸਕੂਲ ਦੇ ਬੱਚੇ ਵੀ ਕਾਫੀ ਇੰਜੋਏ ਕਰਨ ਤੋਂ ਬਾਅਦ ਬਾਹਰ ਆਏ ਹੋਏ ਆ ਬਾਕੀ ਦੱਸਿਓ ਵੀਡੀਓ ਕਿਵੇਂ ਦੀ ਲੱਗੀ ਥੈਂਕ ਯੂ